अज की वीडियो उन्होंने लोगों लिए है जिन्होंने अंब बहुत पसंद ने। अंब खाने तो नहीं रोकते, बस इन्ना दसांगे कि खाना किवें है ते इहदे फायदे की ने। अंब दे विच सब तो बड़ी शक्ति है कोलेस्ट्रॉल नूं घटाउण दी, ट्राइग्लिसराइड नूं कंट्रोल करन दी। उस तो बाद ये वजन नूं मेनटेन करदा, तुहाडा जिहड़ा भार है शरीर का उहनूं इह वधण ही नहीं दिंदा। शुगर दे मरीजां लई भी इह बहुत गुड एक औषधि का काम करता, दवाई का काम करता। क्यों? क्योंकि जदों ये पैनक्रियाज दे विच काम करना है ने, तुहाडे पाचन क्रिया नूं ताकत देनी आ, पाचन सिस्टम सही करना, तो तुहाडे विच ना शुगर जिहड़ी आ इहदे नाल हो सकदा 2-4 मिलीग्राम वध जाए, पर आप ही घट जाती है, कोई दवाई नाल नहीं घटाया जाता। जिहड़ी अंब नाल खाधी शुगर है तो यह शुगर के मरीजों लई बहुत फायदेमंद है, खुल के खाया करो। तुसीं देखो फिर इहदे विच एक होर वड्डी चीज़ विटामिन ई हुंदा, जिहड़ा अखां वास्ते, बालों वास्ते, अपने होर भी स्किन की भी ग्लो करने वास्ते विटामिन ई काम करता। अंब की चटनी तो नज़ारेदार होती है, वजन घटता है जी, कमाल की गल है जी। तुसीं अंब का अचार खाने हो वजन घटता है, पर वो अचार घर का बनाया होना चाहिए। सत श्री अकाल, मैं हाँ तुहाडे नाल जसप्रीत। अज की वीडियो उन्हां लोगों लिए है जिन्होंने अंब बहुत पसंद ने। गर्मी का मौसम है, अंबा का मौसम है, सारे लोग खाना पसंद करते हैं। तुहानू अंब खाने तो नहीं रोकते, बस इन्ना दसांगे कि खाना किवें है ते इहदे फायदे की ने। साडे नाल मौजूद ने सुभाष गोयल, सब तो पहला स्वागत कर लैंदे हां सर, बहुत बहुत स्वागत है। तुहाडा भी स्वागत है जस, और जिन्हें भी दर्शक प्रोग्राम देख रहे आ सारिआं दा बहुत बहुत स्वागत, और सारिआं नूं मेरे वल्लों बहुत प्यार भरी सत्कार भरी सत श्री अकाल जी। बचपन च कहिंदे तूं अंब लैणे, अज अंबां दी गल हो रही है। सर अंब दा मौसम है ना, सारे लोग मोस्टली सारिआं नूं ही पसंद हुंदे है ना अंब। ते एक चीज़ ये भी कहिंदे कि वध खाण नाल गर्मी हो जांदी आ, जां देसी खाणा चाहीदा जां दूजा कलमी खाणा चाहीदा, बहुत तरहां दे विचार हुंदे आ। अज आपां लोकां नूं ओह दसणा वी इहदे फायदे की ने ते किन्नी क्वांटिटी च ते किस तरीके दे नाल खाणा चाहीदा अंब। जे गर्मी करदा है ਤਾਂ ਰੱਬ ਨੂੰ ਪਤਾ ਸੀ ਗਰਮੀਆਂ 'ਚ ਕਿਉਂ ਦਿੰਦਾ ਉਹ, ਇਹ ਤੋਹਫ਼ਾ ਹੀ ਗਰਮੀਆਂ ਦਾ। ਇਹ ਨਾ ਅੰਬ ਨੂੰ ਫਲਾਂ ਦਾ ਰਾਜਾ ਕਿਉਂ ਕਿਹਾ, ਐਵੇਂ ਨਹੀਂ ਕਿਹਾ ਗਿਆ, ਐਵੇਂ ਨਹੀਂ ਹੁੰਦੀ ਗੱਲਬਾਤ, ਗੱਲਬਾਤ ਕਿਸੇ ਗੱਲ ਨਾਲ ਹੀ ਹੁੰਦੀ ਹੈ। ਅਤੇ ਜੇ ਇਹਨੂੰ ਫਲਾਂ ਦਾ ਰਾਜਾ ਕਿਹਾ ਗਿਆ ਤਾਂ ਇਹਦੇ 'ਚ ਜਿਹੜੀਆਂ ਸ਼ਕਤੀਆਂ ਨੇ, ਅੱਜ ਮੈਂ ਸਾਰੀਆਂ ਨੋਟ ਕੀਤੀਆਂ ਹੋਈਆਂ ਨੇ, ਆਪਾਂ ਨੇ ਗੱਲ ਕਰਨੀ ਆ। ਮੈਨੂੰ ਬਹੁਤ ਲੋਕ ਆਉਂਦੇ ਆ ਜਿਹੜੇ ਸ਼ੂਗਰ ਦੇ ਮਰੀਜ਼ ਆ, ਜਾਂ ਜਿਹੜੇ ਗੋਡਿਆਂ ਮੋਢਿਆਂ ਦੇ ਮਰੀਜ਼ ਆ, ਜਾਂ ਜਿਹੜੇ ਕਹਿ ਲਓ ਕਿ ਵੀਕਨੈਸ ਹੈ, ਜਿਨ੍ਹਾਂ ਨੂੰ ਅੰਦਰ ਗ੍ਰਸਤ ਜੀਵਨ ਦੀ ਕਮਜ਼ੋਰੀ ਆ, ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਸ ਤਰ੍ਹਾਂ ਦੇ ਲੋਕ ਆਮ ਇਹ ਗੱਲਾਂ ਮੈਨੂੰ ਕਰਦੇ ਆ ਜੀ ਅੰਬ ਕਿਤੇ ਗਰਮ ਤਾਂ ਨਹੀਂ ਹੁੰਦਾ। ਬਈ ਕਿ ਨਹੀਂ ਹੁੰਦਾ ਗਰਮ, ਜੇ ਗਰਮ ਹੁੰਦਾ ਤਾਂ ਰੱਬ ਦਿੰਦਾ ਕਿਉਂ ਸਾਨੂੰ ਗਰਮੀ ਦੇ ਮੌਸਮ 'ਚ, ਫਿਰ ਸਿਆਲਾਂ 'ਚ ਹੀ ਦਿੰਦਾ ਸਾਨੂੰ। ਅਤੇ ਮਤਲਬ ਕਹਿਣ ਦਾ ਕਿ ਜਿਹੜੇ ਮੌਸਮੀ ਫਲ ਹੁੰਦੇ ਨੇ ਉਹ ਮੌਸਮ ਦੇ ਅਕੋਰਡਿੰਗ ਹੀ ਹੁੰਦੇ ਨੇ, ਉਹਨਾਂ ਦਾ ਮੌਸਮ ਦੇ ਹਿਸਾਬ ਨਾਲ ਹੀ ਇਸਤੇਮਾਲ ਹੁੰਦਾ। ਅਤੇ ਜਿਵੇਂ ਹੁਣ ਮੰਨ ਲਓ ਤੁਸੀਂ ਖਰਮਾਣੀ ਆ, ਆਲੂ ਬੁਖਾਰਾ, ਆੜੂ ਹੈ, ਕਿਉਂ ਗਰਮੀਆਂ 'ਚ, ਇਹਨਾਂ ਦੇ ਫਾਇਦੇ ਬਹੁਤ ਨੇ, ਤਾਂ ਇਹ ਫਲ ਜ਼ਰੂਰ ਖਾਇਆ ਕਰੋ। ਪਹਿਲੀ ਗੱਲ ਆਪਾਂ ਅੰਬ ਦੀ ਗੱਲ ਕਰਦੇ ਹਾਂ, ਅੰਬ ਦੇ ਵਿੱਚ ਸਭ ਤੋਂ ਬੜੀ ਸ਼ਕਤੀ ਹੈ ਕੋਲੇਸਟ੍ਰੋਲ ਨੂੰ ਘਟਾਉਣ ਦੀ, ਟ੍ਰਾਈਗਲੈਸਰਾਈਡ ਨੂੰ ਕੰਟਰੋਲ ਕਰਨ ਦੀ। ਉਸ ਤੋਂ ਬਾਅਦ ਇਹ ਵਜ਼ਨ ਨੂੰ ਮੇਨਟੇਨ ਕਰਦਾ, ਤੁਹਾਡਾ ਜਿਹੜਾ ਭਾਰ ਹੈ ਸਰੀਰ ਦਾ ਉਹਨੂੰ ਇਹ ਵਧਣ ਹੀ ਨਹੀਂ ਦਿੰਦਾ। ਇਹ ਜ਼ਰੂਰ ਹੈ ਕਿ ਵਧੇ ਹੋਏ ਨੂੰ ਘਟਾ ਨਹੀਂ ਸਕਦਾ, ਪਰ ਇਹ ਵਧਣ ਵੀ ਨਹੀਂ ਦਿੰਦਾ। ਦੂਜੀ ਚੀਜ਼, ਤੀਸਰੀ ਚੀਜ਼ ਇਹਦੇ ਵਿੱਚ ਹੈਗੀ ਹੈ ਸੁਕਰੋਸ਼, ਇਹਦੇ ਵਿੱਚ ਸ਼ੂਗਰ ਨਹੀਂ ਹੁੰਦਾ। ਤੁਸੀਂ ਗੂਗਲ ਸਰਚ ਕਰੋ ਚੰਗੀ ਤਰ੍ਹਾਂ, ਕਿਉਂਕਿ ਅੱਜ ਕੱਲ੍ਹ ਆਪਾਂ ਗੂਗਲ ਗੁਰੂ ਦੀ ਬਹੁਤ ਸੁਣਦੇ ਹਾਂ, ਤਾਂ ਮੈਂ ਵੀ ਉਹਦੀ ਗੱਲ ਕਰ ਦਿੰਦਾ ਵੀ ਜਿਹਦੀ ਸੁਣਦੇ ਹਾਂ ਆਪਾਂ ਉਹਦੀ ਤਾਂ ਸੁਣੋ। ਗੂਗਲ ਗੁਰੂ 'ਤੇ ਜਾ ਕੇ ਵੀ ਚੈੱਕ ਕਰੋ, ਸੁਕਰੋਸ਼ ਇਹਦੇ ਵਿੱਚ ਪਾਇਆ ਜਾਊ, ਸ਼ੂਗਰ ਨਹੀਂ। ਇਸ ਲਈ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਗੁੱਡ ਇੱਕ ਔਸ਼ਧੀ ਦਾ ਕੰਮ ਕਰਦਾ, ਦਵਾਈ ਦਾ ਕੰਮ ਕਰਦਾ। ਕਿਉਂ? ਕਿਉਂਕਿ ਜਦੋਂ ਇਹ ਪੈਨਕ੍ਰਿਆਸ ਦੇ ਵਿੱਚ ਕੰਮ ਕਰਨਾ ਇਹਨੇ, ਤੁਹਾਡੇ ਪਾਚਨ ਕਿਰਿਆ ਨੂੰ ਤਾਕਤ ਦੇਣੀ ਆ, ਪਾਚਨ ਸਿਸਟਮ ਸਹੀ ਕਰਨਾ, ਤਾਂ ਤੁਹਾਡੇ ਵਿੱਚ ਨਾ ਸ਼ੂਗਰ ਜਿਹੜੀ ਆ ਇਹਦੇ ਨਾਲ ਹੋ ਸਕਦਾ 2-4 ਮਿਲੀਗ੍ਰਾਮ ਵੱਧ ਜਾਏ, ਪਰ ਉਹ ਆਪੇ ਹੀ ਘੱਟ ਜਾਂਦੀ ਆ, ਉਹਨੂੰ ਕੋਈ ਦਵਾਈ ਨਾਲ ਨਹੀਂ ਘਟਾਇਆ ਜਾਂਦਾ। ਜਿਹੜੀ ਅੰਬ ਨਾਲ ਖਾਧੀ ਸ਼ੂਗਰ ਹੈ ਤਾਂ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ, ਖੁੱਲ੍ਹ ਕੇ ਖਾਇਆ ਕਰੋ। ਦੂਜੀ ਜਿਹੜੀ ਇੱਕ ਹੋਰ ਵੱਡੀ ਗੱਲ ਹੈ, ਪਾਚਨ ਸ਼ਕਤੀ ਨੂੰ ਸਟਰੋਂਗ ਕਰਦਾ, ਪਾਚਨ ਕਿਰਿਆ। ਕਈ ਹੁਣ ਆਪਾਂ ਰੋਟੀ ਨਾਲ ਨਹੀਂ ਖਾਂਦੇ ਅੰਬ, ਪਾਚਨ ਕਿਰਿਆ ਨੂੰ ਠੀਕ ਆ। ਹੁਣ ਜੇ ਤੁਸੀਂ ਅੰਬ ਨੂੰ ਬਣਾਓਗੇ ਅੰਬ ਸ਼ੇਕ, ਦੁੱਧ ਪਾਤਾ ਉਹਦੇ ਵਿੱਚ, ਹੋਰ ਚੀਨੀ ਪਾਤੀ ਉਹਦੇ ਵਿੱਚ, ਮਿਸ਼ਰੀ ਪਾਤੀ, ਫਿਰ ਤਾਂ ਵੀ ਹੁਣ ਪੁੱਠੇ ਕੰਮ ਕਰਾਂਗੇ ਤਾਂ ਪੁੱਠੀਆਂ ਚੀਜ਼ਾਂ ਖਾਵਾਂਗੇ, ਉਹ 'ਚੋਂ ਕੱਢਾਂਗੇ। ਅੰਬ ਨੂੰ ਸਿੱਧਾ ਖਾਓ, ਅੰਬ ਹੀ ਖਾਓ, ਫਿਰ ਦੇਖੋ ਅੰਬ ਦੇ ਨਜ਼ਾਰੇ। ਅਤੇ ਉਸ ਤੋਂ ਬਾਅਦ
ਇਹਦੇ ਚ ਵਿਟਾਮਿਨ ਸੀ ਪਾਇਆ ਜਾਂਦਾ ਫਿਰ ਵਿਟਾਮਿਨ ਸੀ ਜਿਹੜਾ ਹੈਗਾ ਆਪਣੀ ਬਾਡੀ ਦੀ ਇਮਿਊਨਿਟੀ ਨੂੰ ਵਧਾਉਂਦਾ ਇਮਿਊਨ ਪਾਵਰ ਵਾਸਤੇ ਵਿਟਾਮਿਨ ਸੀ ਖਾਂਦੇ ਹਾਂ ਅਸੀਂ ਅਤੇ ਫਿਰ ਅੰਬ ਦੇ ਵਿੱਚ ਡਾਇਰੈਕਟ ਵਿਟਾਮਿਨ ਏ ਦੀ ਮਾਤਰਾ ਹੁੰਦੀ ਹੈ ਔਰ ਵਿਟਾਮਿਨ ਏ ਜਿਹੜਾ ਹੈਗਾ ਸਕਿਨ ਨੂੰ ਸੌਫਟ ਕਰਦਾ ਸਕਿਨ ਦਾ ਸਭ ਤੋਂ ਬੜਾ ਇੱਕ ਟੋਨਿਕ ਹੈ ਵਿਕਲਪ ਹੁੰਦਾ ਹੈ ਬਹੁਤ ਸਾਰੀਆਂ ਸਕਿਨ ਦੀਆਂ ਮੈਡੀਸਨ ਵਾ ਕਿ ਵਿਟਾਮਿਨ ਏ ਹੋਣਾ ਚਾਹੀਦਾ ਇਕੱਲੇ ਅੰਬ ਦੇ ਵਿੱਚ ਔਰ ਤੁਸੀਂ ਦੇਖੋ ਫਿਰ ਇਹਦੇ ਵਿੱਚ ਇੱਕ ਹੋਰ ਵੱਡੀ ਚੀਜ਼ ਵਿਟਾਮਿਨ ਈ ਹੁੰਦਾ ਜਿਹੜਾ ਅੱਖਾਂ ਵਾਸਤੇ ਬਾਲਾਂ ਵਾਸਤੇ ਆਪਣੇ ਹੋਰ ਵੀ ਸਕਿਨ ਦੀ ਵੀ ਗਲੋ ਕਰਨ ਵਾਸਤੇ ਵਿਟਾਮਿਨ ਈ ਕੰਮ ਕਰਦਾ ਇਹ ਮੈਂ ਤੁਹਾਨੂੰ ਵਿਟਾਮਿਨ ਈ ਦੱਸਤਾ ਇਹਦੇ ਵਿੱਚ ਵਿਟਾਮਿਨ ਏ ਦੱਸ ਦਿੱਤਾ ਵਿਟਾਮਿਨ ਸੀ ਦੱਸ ਦਿੱਤਾ ਪਾਚਨ ਕਿਰਿਆ ਨੂੰ ਠੀਕ ਕਰਦਾ ਸੁਕਰੋਸ਼ ਦੀ ਮਾਤਰਾ ਵਿੱਚ ਦੱਸ ਦਿੱਤੀ ਕਿ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਆ ਵਜ਼ਨ ਨੂੰ ਕੰਟਰੋਲ ਵਿੱਚ ਰੱਖਣ ਦੇ ਵਿੱਚ ਬਹੁਤ ਫਾਇਦੇਮੰਦ ਆ ਐਂ ਵੀ ਨਹੀਂ ਹੈ ਵੀ ਚੱਕ ਕੇ ਕਿਲੋ ਅੰਬ ਲਿਆਂਦਾ ਸਾਰੇ ਟੱਬਰ ਤੋਂ ਲੁਕੋ ਕੇ ਆਪਾਂ ਹੀ ਖਾਣਾ ਖਾਣਾ ਢੰਗ ਨਾਲ ਹੈ ਥੋੜ੍ਹਾ ਖਾਣਾ ਖਾਓ ਤੁਸੀਂ ਮਜ਼ਾ ਆਊਗਾ ਅਤੇ ਉਸ ਤੋਂ ਬਾਅਦ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਦਾ ਫਿਰ ਇਹ ਯਾਦ ਸ਼ਕਤੀ ਸਿਮਰਨ ਸ਼ਕਤੀ ਦਿਮਾਗ ਨੂੰ ਤਾਕਤ ਦਿੰਦਾ ਯਾਦਾਸ਼ਤ ਨੂੰ ਤਕੜਾ ਕਰਦਾ ਔਰ ਤੁਸੀਂ ਅੰਬ ਦੇ ਕਿੰਨੇ ਫਾਇਦੇ ਹਲੇ ਜਿਹੜੇ ਉਹ ਫਾਇਦੇ ਨੇ ਜਿਹੜੇ ਮੈਂ ਦੱਸੇ ਵੀ ਨਹੀਂ ਜਿਵੇਂ ਹੁਣ ਤੁਹਾਡੀ ਗੁਪਤ ਕਮਜ਼ੋਰੀ ਆ ਚਾਹੇ ਭੈਣਾਂ ਦੀ ਆ ਚਾਹੇ ਵੀਰਾਂ ਦੀ ਆ ਉਹਦੇ 'ਚ ਤਾਂ ਕਮਾਲ ਦਾ ਰਿਜ਼ਲਟ ਹੈ ਇਹਦਾ ਪਰ ਇਹ 'ਚ ਕੁਛ ਮਿਲਾਇਆ ਨਾ ਕਰੋ ਇਹਨੂੰ ਕੁਛ ਲਾਇਆ ਨਾ ਕਰੋ ਇਹਨੂੰ ਇਕੱਲੇ ਹੀ ਖਾਇਆ ਕਰੋ ਸਿੱਧਾ ਔਰ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਅੰਬ ਜਿਹੜੇ ਭੈਣ ਭਰਾਵਾਂ ਨੂੰ ਜਾਂ ਕਿਸੇ ਨੂੰ ਵੀ ਬਦਕਿਸਮਤੀ ਨਾਲ ਕੈਂਸਰ ਦਾ ਰੋਗ ਹੈ ਚਾਹੇ ਉਹ ਬ੍ਰੈਸਟ ਕੈਂਸਰ ਹੈ ਚਾਹੇ ਉਹ ਗਲੇ ਦਾ ਕੈਂਸਰ ਹੈ ਚਾਹੇ ਫੂਡ ਪਾਈਪ ਦਾ ਕੈਂਸਰ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੈ ਰੱਬ ਕਰੇ ਨਾ ਮੁਰਾਦ ਬਿਮਾਰੀ ਕਿਸੇ ਨੂੰ ਨਾ ਆਵੇ 24 ਘੰਟੇ ਰੱਬ ਅੱਗੇ ਹੀ ਅਰਦਾਸ ਕਰਦੀ ਹੈ ਕਿ ਰੱਬਾ ਡਾਕਟਰਾਂ ਦੀ ਰੋਟੀ ਪਾਣੀ ਦਾ ਖੰਘ ਜ਼ੁਕਾਮ ਠੀਕ ਕਰਕੇ ਹੋ ਜੂਗੀ ਕੈਂਸਰ ਦੀ ਬਿਮਾਰੀ ਕਿਸੇ ਨੂੰ ਨਾ ਹੋਵੇ ਪਰ ਫਿਰ ਵੀ ਇਹ ਵੀ ਆਪਾਂ ਨੇ ਮੁੱਲ ਖਰੀਦਿਆ ਕੈਂਸਰ ਵੀ ਕਿਸੇ ਨੇ ਸਾਨੂੰ ਦਿੱਤਾ ਨਹੀਂ ਅਸੀਂ ਇਹਨੂੰ ਆਉਣ ਦਿੱਤਾ ਫਸਲਾਂ ਦੇ ਵਿੱਚ ਦਵਾਈਆਂ ਪਾਤੀਆਂ ਮੱਝਾਂ ਨੂੰ ਟੀਕੇ ਲਾ ਕੇ ਚੋਣਾ ਸ਼ੁਰੂ ਕਰਤਾ ਇਹ ਕੈਂਸਰ ਸਾਡੇ ਦੁੱਧ ਦੇ ਵਿੱਚ ਹੀ ਆ ਗਿਆ ਸਾਡੇ ਫੂਡ 'ਚ ਆ ਗਿਆ ਅਸੀਂ ਰੋਕ ਹੀ ਨਾ ਪਾਏ ਤਾਂ ਜਿਹੜਾ ਅੰਬ ਹੈ ਅਸੀਂ ਇਹਨੂੰ ਵੀ ਲਾ ਤਾ ਥੋੜ੍ਹਾ ਜਿਹਾ ਧਿਆਨ ਰੱਖਿਓ ਮਸਾਲਾ ਲੱਗਿਆ ਅੰਬ ਲਾ ਲਓ ਸਾਫ਼ ਸੁਥਰਾ ਅੰਬ ਲਓ ਉਹ ਰੇਹੜੀ ਵਾਲੇ ਨੂੰ ਸਭ ਪਤਾ ਹੁੰਦਾ ਫਰੂਟ ਵੇਚਣ ਵਾਲੇ ਨੂੰ ਹਰ ਚੀਜ਼ ਪਤਾ ਹੁੰਦੀ ਉਹਨੂੰ ਕਿਹਾ ਵੀਰੇ 2 ਪੈਸੇ ਵੱਧ ਲੈ ਲਾ ਇਹਨਾਂ ਨਾਲ ਬਾਰਗੇਨਿੰਗ ਬੰਦ ਕਰ ਦਿਉ ਇਹਨਾਂ ਨੂੰ ਘੱਟ ਵੱਧ ਨਾ ਕਰਿਆ ਕਰੋ ਇਹਨੂੰ ਕਿਹਾ ਯਾਰ 2 ਰੁਪਏ ਵੱਧ ਲੈ ਲਾ ਜੇ ਤੇਰਾ ਜ਼ਮੀਰ ਜਿਉਂਦਾ ਨਾ ਅੰਬ ਉਹ ਦੇ ਦੇ ਜਿਹਨੂੰ ਕੁਛ ਲੱਗਿਆ ਨਾ ਹੋਵੇ ਮਸਾਲਾ ਫਿਰ ਤੁਸੀਂ ਉਹ ਅੰਬ ਖਾਣ ਦੇ ਨਜ਼ਾਰੇ ਦੇਖਿਓ ਤਾਂ ਇਹ ਸਮਝ ਕੇ ਲਈਓ ਵੀ ਅਸੀਂ ਅੱਜ ਜਿਵੇਂ ਕੋਈ ਫਿਲਮ ਦੀ ਟਿਕਟ ਤਾਂ ਆਪਾਂ ਲੈ ਲਵਾਂਗੇ ਬਲੈਕ 'ਚ ਉੱਥੇ ਨਹੀਂ 25 ਘੱਟ ਦੀ ਅੰਬ ਵਾਲੇ ਨਾਲ ਲੜੀ ਜਾਂਦੇ ਫਿਰ ਉਹੋ ਜਿਹਾ ਹੀ ਪਾ ਦਿੰਦਾ ਉਹਦੀ ਹਰ ਵਕਤ ਕੋਸ਼ਿਸ਼ ਹੁੰਦੀ ਹੈ ਵੀ ਇੱਕ ਗਲਿਆ ਹੋਇਆ ਸੁੱਟ ਦੇਵਾਂ ਵਿੱਚ ਹੁੰਦੀ ਆ ਨਹੀਂ ਹੁੰਦੀ ਆਪਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਨਾ ਤਾਂ ਇਹ ਚੀਜ਼ ਬਚਾ ਕੇ ਚੱਲੋ ਰੇਹੜੀ ਰੂੜੀ ਵਾਲਿਆਂ ਦੀ ਥੋੜ੍ਹੀ ਬਹੁਤੀ ਰਿਸਪੈਕਟ ਕਰੋ ਕਿਉਂਕਿ ਇਹਨਾਂ ਕਾਮਲਿਆਂ ਨੇ ਤਾਂ ਸਭ ਕੁਛ ਹੁੰਦੇ ਸੁਣਦੇ ਵੀ ਐਂ ਕਰਨਾ ਪਰ ਤੁਸੀਂ ਧਿਆਨ ਰੱਖਣਾ ਕਿ ਅੰਬ ਜਿਹੜਾ ਹੈਗਾ ਅਗਰ ਉਹਨੂੰ ਕਹੋਗੇ ਬਿਨਾਂ ਲੱਗਿਆ ਹੋਇਆ ਬਿਨਾਂ ਮਸਾਲੇ ਵਾਲਾ ਚਾਹੀਦਾ ਤਾਂ ਉਹ ਤੁਹਾਨੂੰ ਦਊਗਾ ਉਹ 2 ਪੈਸੇ ਵੱਧ ਲੈ ਲੂਗਾ ਹੋਰ ਕੁਛ ਨਹੀਂ ਕਰ ਸਕਦਾ ਨਹੀਂ ਤੁਹਾਨੂੰ ਕਹੂਗਾ ਸਰਦਾਰ ਜੀ ਅੱਜ ਨਹੀਂ ਕੱਲ੍ਹ ਨੂੰ ਮੰਗਾ ਦੂੰ ਕੋਈ ਨਹੀਂ ਜੇ ਆਪਾਂ ਇੱਕ ਦਿਨ ਅੰਬ ਨਹੀਂ ਖਾਵਾਂਗੇ ਕੀ ਹੋ ਜੂਗਾ ਆਹ ਜਿਹੜੀਆਂ ਆਪਾਂ ਪੀਂਦੇ ਹਾਂ ਨਾ ਅੰਬ ਦੀਆਂ ਬਣੀਆਂ ਹੋਈਆਂ ਬੋਤਲਾਂ 'ਚ ਬੰਦ ਜੂਸ ਇਹ ਵੋ ਇਹ ਬੰਦ ਕਰ ਦਿਉ ਜਮਾਂ ਹੀ ਇਹ ਤਾਂ ਲੈਣੇ ਹੀ ਨਹੀਂ ਅੰਬ ਦੀ ਕੁਲਫੀ ਚੂਸੀ ਜਾਂਦੇ ਹਾਂ ਬਰਫ਼ ਵਾਲੀ ਲੈਣੀ ਨਹੀਂ ਇਹ ਮੈਨੂੰ ਵੀ ਬੜੀ ਆਦਤ ਸੀ 17 ਸੈਕਟਰ ਜਾਂਦਾ ਸੀ ਮੈਂ ਰਾਤ ਨੂੰ ਗੱਡੀ ਲੈ ਕੇ ਉੱਥੇ ਚੌਂਕ 'ਚ ਖੜ੍ਹੇ ਹੁੰਦੇ ਨੇ ਮੈਂ ਖਾਣੀ ਉਹ ਕੋਈ ਕਹੇ ਜੀ ਇਹ ਮੈਂਗੋ ਹੈ ਜੀ ਇਹ ਫਲਾਣਾ ਜੀ ਖਾ ਕੇ ਆਉਂਦੇ ਮੈਂ ਆਪਣੀ ਵਾਈਫ ਨੂੰ ਲੈ ਜਾਣਾ ਨਾਲ ਘੁੰਮਣ ਅਤੇ ਇੱਕ ਦਿਨ ਫਿਰ ਉਸ ਚੈਪਟਰ 'ਤੇ ਪੜ੍ਹਿਆ ਜੀ ਪ੍ਰੋਪਰ ਐਵੇਂ ਨਹੀਂ ਮੈਂ ਗੱਲ ਕਰਦਾ ਜਦੋਂ ਮੈਨੂੰ ਥੋੜ੍ਹੇ ਦਿਨ ਹੋਏ ਮੇਰੇ ਖੰਘ ਹੋਣ ਲੱਗ ਗਈ ਗਲਾ ਖਰਾਬ ਰਹਿਣ ਲੱਗ ਗਿਆ ਕੀ ਕਾਰਨ ਹੋਇਆ ਤਾਂ ਪਤਾ ਲੱਗਿਆ ਕਿ ਉਹਦੇ ਵਿੱਚ ਕੀ ਪਾਇਆ ਹੋਇਆ ਸਕਰੀਨ ਹੋਰ ਪਤਾ ਨਹੀਂ ਕੀ ਅਤੇ ਉਹ ਸਾਰਾ ਫਲੇਵਰ ਹੁੰਦਾ ਅੰਬ ਦਾ ਵੀ ਅਤੇ ਉਹਦਾ ਵੀ ਸਭ ਨੂੰ ਪਤਾ ਮੈਨੂੰ ਵੀ ਪਤਾ ਸੀ ਪਰ ਚਲੋ ਐਵੇਂ ਚੱਲੀ ਗਏ ਪਰ ਜਦੋਂ ਗਲੇ ਨੂੰ ਪੈ ਗਿਆ ਉਹ ਫਿਰ ਪਤਾ ਲੱਗਿਆ ਇਸ ਕਰਕੇ ਉਹ ਚੀਜ਼ਾਂ ਦਾ ਬਚਾਓ ਰੱਖੋ ਅੱਜ ਅੰਬ 'ਤੇ ਗੱਲ ਕਰਨੀ ਸੀ ਮੈਨੂੰ ਲੱਗਦਾ ਆਪਾਂ ਜਿੰਨੀ ਕੁ ਜਾਣਕਾਰੀ ਦੇ ਸਕਦੇ ਤੀ ਦਿੱਤੀ ਆ ਜਿਹੜੇ ਕੈਂਸਰ ਵਗੈਰਾ ਦੇ ਪੇਸ਼ੈਂਟ ਨੇ ਜਿਨ੍ਹਾਂ ਦੀ ਪਾਚਨ ਕਿਰਿਆ ਖਰਾਬ ਹੈ ਜ਼ਰੂਰ ਅੰਬ ਖਾਇਆ ਕਰੋ ਪਰ ਥੋੜ੍ਹਾ ਜਿਹਾ ਅੰਬ ਖਰੀਦਣ ਵੇਲੇ ਅੰਬ ਦੇ ਜਿਹੜਾ ਵੇਚਣ ਵਾਲਾ ਜ਼ਰੂਰ ਤੁਹਾਨੂੰ ਜਾਣਦਾ ਹੋਊ ਤੁਸੀਂ ਵੀ ਉਹਨੂੰ ਜਾਣਦੇ ਹੋ ਬਸ ਉਹਨੂੰ ਆਪਦੇ ਪਿਆਰ ਦੇ ਮੁਹੱਬਤ ਦੇ ਵਿੱਚ ਲੈ ਕੇ ਉਹਨੂੰ ਇਹ ਸਮਝਾਓ ਵੀ ਆਪਾਂ ਲੈ ਕੇ ਨਹੀਂ ਆਉਣਾ ਰੇਹੜੀ 'ਤੇ ਮਾੜੀ ਚੀਜ਼ ਤਾਂ ਆਪੇ ਹੌਲੀ ਹੌਲੀ ਜਦੋਂ ਨੂੰ ਪਤਾ ਵੀ ਮੈਨੂੰ ਪੂਰੇ ਪੈਸੇ ਮਿਲਣੇ ਆ ਫਿਰ ਕਦੇ ਵੀ ਖਰਾਬ ਨਹੀਂ ਕਰਦਾ।
छोटा जिहा सवाल मेरा एक होर है कि लोग आ जिहड़ा मौसम है दे विच मतलब अंबियां हुंदियां हैं ना, लोग उह चटनी च पाउंदे आ, उह उहदा बेनीफिट हैगा? हाय रब्बा, मूँह च पानी। अंब की चटनी तो नज़ारेदार होंदी आ। साडी माँ बनाउंदी हुंदी सी, दादी साडी चटनी बनाउंदी हुंदी सी। साडी माँ ना, मेरा पिंड है मनमी, चौंदा मनमी पिंड है मेरा, मैं कई बार दस्सिया मलेरकोटले दे नेड़े पिंडां च साडे आम ही ना, साडी दादी दीआं सहेलियां, माँ दीआं सहेलियां, दस दस पंद्रह पंद्रह बुढ़ियां, पंज सत्त दस कु बिसवे दा घर सी, खुल्ला घर हुंदा सी, डंगर बच्चा रख्या हुंदा सी। साडा घर लगदे नहीं सी, बाणियां दा घर जट्टां दा ही लगदा सी, टोका करन वाली मशीन मशून सब कुछ सीगा लग्गा। तां ਉਹ ਨਾ ਜੀ ਜਿਹੜੀ ਸਾਡੀ ਦਾਦੀ ਆ ਉਹ ਚਟਨੀ ਬਣਾਉਂਦੀ ਸੀ, ਉਂਗਲੀਆਂ ਚੱਟ ਜਾਂਦੇ ਸੀ, ਕਲੌਂਜੀ ਪਾਉਣੀ ਉਹਨੇ, ਮੇਥੀ ਪਾਉਣੀ, ਚਟਨੀ ਕਮਾਲ ਹੁੰਦੀ, ਸਾਲ ਸਾਲ ਚੱਲ ਜਾਂਦੀ, ਬੜੇ ਵਧੀਆ ਰਹਿੰਦੀ ਆ, ਉਹ ਜ਼ਰੂਰ ਖਾਇਆ ਕਰੋ। ਦੂਜੀ ਗੱਲ, ਇੱਕ ਨਾ ਕੱਚੇ ਅੰਬ ਦੀ ਸਬਜ਼ੀ ਬਣਦੀ ਆ, ਉਹ ਹੁਣ ਵੀ ਮੂੰਹ 'ਚ ਪਾਣੀ ਆਈ ਜਾਂਦਾ, ਕਿਉਂ ਖਾਧੀ ਹੋਈ ਆ ਸਾਡੀ ਮਾਂ ਨੇ। ਅੱਛਾ, ਹੁਣ ਮੇਰੀ ਵਾਈਫ ਵੀ ਬਣਾਉਂਦੀ ਆ, ਉਹ ਵੀ ਸਿੱਖ ਗਈ ਬਣਾਉਣੀ ਰੈਸਪੀ। ਤਾਂ ਇਹ ਨਾ ਜੀ, ਇਹ ਜ਼ਰੂਰ ਖਾਇਆ ਕਰੋ, ਇਹ ਪਾਚਨ ਕਿਰਿਆ ਨੂੰ ਠੀਕ ਕਰਦੀਆਂ ਨੇ। ਕੱਚੇ ਅੰਬ ਦੇ ਵਿੱਚ ਜਿਹੜੀ ਜਾਨ, ਅੱਛਾ ਕੱਚੇ ਅੰਬ ਨੂੰ ਕੋਈ ਮਸਾਲਾ ਨਹੀਂ ਲੱਗ ਸਕਦਾ, ਕੱਚੇ ਅੰਬ ਦੇ ਵਿੱਚ ਕੋਈ ਚੀਜ਼ ਨਹੀਂ ਪਾ ਸਕਦੇ, ਕੱਚੀਆਂ ਅੰਬੀਆਂ ਤਾਂ ਵਧੀਆ ਹੀ ਹੁੰਦੀਆਂ ਨੇ। ਉਹ ਲੈ ਕੇ ਤੁਸੀਂ ਕੱਚੀਆਂ ਅੰਬੀਆਂ ਨੂੰ ਕੱਟ ਕੱਟ ਕੇ ਉਹਦਾ ਚਾਰ ਪਾਓ, ਚਾਰ 'ਚ ਕਲੌਂਜੀ ਮੇਥੀ ਸਰ੍ਹੋਂ ਦੇ ਤੇਲ 'ਚ ਚਾਰ ਬਣਾਓ, ਇਹ ਛੱਡ ਦਿਓ ਦੂਜੇ ਚਾਰ ਬਾਜ਼ਾਰੂ ਖਾਣੇ, ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਤੁਹਾਡੀ ਇੰਨੀ ਪਾਚਨ ਕਿਰਿਆ ਠੀਕ ਹੋ ਗਈ, ਵਜ਼ਨ ਘੱਟਦਾ ਜੀ, ਕਮਾਲ ਦੀ ਗੱਲ ਹੈ ਜੀ। ਤੁਸੀਂ ਅੰਬ ਦਾ ਅਚਾਰ ਖਾਂਦੇ ਹੋ, ਵਜ਼ਨ ਘੱਟਦਾ, ਪਰ ਉਹ ਅਚਾਰ ਘਰ ਦਾ ਬਣਾਇਆ ਹੋਣਾ ਚਾਹੀਦਾ। ਅੰਬ ਦੀਆਂ ਗੱਲਾਂ ਬਹੁਤ ਹੋ ਗਈਆਂ, ਹੁਣ ਰਹਿਣ ਜਾਣਾ, ਹੁਣ ਜਾ ਕੇ ਅੰਬ ਖਾਵਾਂਗੇ ਅੱਜ ਰਾਤ ਨੂੰ। ਤੁਸੀਂ ਵੀ ਸਾਰੇ ਜਣੇ ਖਾਓ ਮੰਗਾ ਕੇ ਅੱਜ, ਅਤੇ ਮੈਨੂੰ ਜ਼ਰੂਰ ਦੱਸਿਓ ਮੇਰੇ ਵਟਸਐਪ ਨੰਬਰ 'ਤੇ ਪਾ ਕੇ, ਫੋਟੋ ਵੀ ਵੀਰੇ ਅੱਜ ਆਪਾਂ ਅੰਬ ਖਾਧੇ ਨੇ, ਅਤੇ ਅੰਬਾਂ ਦਾ ਨਜ਼ਾਰਾ ਹੀ ਅਲੱਗ ਹੈ। ਔਰ ਮੈਂ ਅੱਜ ਕੋਈ ਐਂ ਨਹੀਂ ਹੈ ਕਿ ਮੈਂ ਕੋਈ ਅੰਬਾਂ ਦੀ ਰੇਹੜੀ ਲਾਈ ਬੈਠਾ, ਮੈਂ ਤਾਂ ਤੁਹਾਨੂੰ ਸਮਝਾ ਰਿਹਾ ਵੀ ਇਹ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਨੇ। ਸਾਰੇ ਮਿਨਰਲ, ਵਿਟਾਮਿਨ ਈ, ਵਿਟਾਮਿਨ ਏ, ਵਿਟਾਮਿਨ ਸੀ, ਇਹ ਸਾਰੇ ਵਿਟਾਮਿਨ ਹੈਗੇ ਨੇ ਆਪਣੀ ਇਮਿਊਨਿਟੀ, ਸਕਿਨ ਪਾਵਰ ਅਤੇ ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ, ਅਤੇ ਉਦੋਂ ਪਾਚਨ ਕਿਰਿਆ, ਪਾਚਨ ਸ਼ਕਤੀ ਵਾਸਤੇ। ਸ਼ੂਗਰ ਦੇ ਮਰੀਜ਼ਾਂ ਦੀ ਮੈਂ ਗਲਤ ਫਹਿਮੀ ਕੱਢੀ ਆ ਕਿ ਅੰਬ ਨਾਲ ਸ਼ੂਗਰ ਨਹੀਂ ਵਧੂਗੀ, ਇਹਨੂੰ ਖਾਇਆ ਕਰੋ, ਪਰ ਇਹ ਨਹੀਂ ਹੈ ਵੀ ਸਾਰੇ ਟੱਬਰ ਦਾ ਆਪਾਂ ਹੀ ਖਾਣਾ, ਥੋੜ੍ਹਾ ਥੋੜ੍ਹਾ ਖਾਣਾ, ਅਤੇ ਉਸ ਤੋਂ ਬਾਅਦ ਵਜ਼ਨ ਘਟਾਉਣ 'ਚ ਕੰਮ ਕਰਦਾ, ਕੋਲੈਸਟਰੋਲ ਘਟਾਉਣ 'ਚ ਕੰਮ ਕਰਦਾ, ਜਿਹੜੀਆਂ ਗੱਲਾਂ ਮੈਂ ਕਹੀਆਂ ਨੇ। ਅਗਰ ਇਹਨੂੰ ਤੁਸੀਂ ਮਨ ਬਣਾ ਕੇ ਉਸ ਤਰ੍ਹਾਂ ਖਾਓਗੇ, ਡੇਲੀ ਰੋਟੀ ਤੋਂ ਬਾਅਦ ਇੱਕ ਦੋ ਫਾੜੀਆਂ ਜਾਂ ਇੱਕ ਅੰਬ ਖਾ ਲਿਆ, ਤਾਂ ਨਜ਼ਾਰੇਦਾਰ ਰਿਜ਼ਲਟ ਜਿਹੜੇ ਉਹ ਤੁਹਾਨੂੰ ਆਉਣ ਵਾਲੇ ਆ। ਬਾਕੀ ਮਿਨਰਲ ਵਿਟਾਮਿਨ ਜਿਹੜੇ ਆ ਉਹ ਮਾਰਕੀਟਾਂ 'ਚ ਵੀ ਵਿਕਦੇ ਆ, ਉਹ ਵੀ ਤੁਸੀਂ ਲੈ ਸਕਦੇ ਹੋ, ਪਰ ਜਿਹੜੇ ਫਲ ਫਰੂਟ ਤੋਂ ਮਿਲਣੇ ਆ ਉਹ ਤੁਹਾਨੂੰ ਕਿਤੋਂ ਨਹੀਂ ਮਿਲਣੇ। ਬਹੁਤ ਬਹੁਤ ਸ਼ੁਕਰੀਆ ਸਰ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜਸ, ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਜੇ ਅੱਜ ਅੰਬਾਂ ਦਾ ਸਵਾਦ ਮੂੰਹ 'ਚ ਆ ਗਿਆ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ, ਲੋਕਾਂ ਨੂੰ ਇੱਕ ਦੂਜੇ ਨੂੰ ਭੇਜੋ, ਤਾਂ ਕਿ ਕਿਸੇ ਨੂੰ ਵੀ ਅੰਬ ਖਾਣ ਤੋਂ ਗੁਰੇਜ਼ ਨਾ ਹੋਵੇ, ਔਰ ਅੰਬ ਕਿਸ ਤਰ੍ਹਾਂ ਖਰੀਦਣਾ, ਕਿਹੜਾ ਖਰੀਦਣਾ ਉਹਨੂੰ ਪਤਾ ਲੱਗ ਜਾਵੇ। ਸੋ ਜੀ, ਇੰਟਰਵਿਊ ਵਧੀਆ ਲੱਗੀ, ਸ਼ੇਅਰ ਜ਼ਰੂਰ ਕਰ ਦਿਓ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।